Welcome back, and today we are going to work in uh, PSL book 5A. You notice my blue chunni and blue uh, book, right? Blue cover. So, um, PSL book 5A, and we are going to work in lesson number 24. Jovi um, lesson? Uh, page number 82, 82 page bullying bullying what effects does bullying have? Um, and I know all of us, everybody, adults and young children and everybody has suffered bullying sometimes, not only six but every single uh, community suffers bullying. Um, and um, there are uh, we will we'll read more details later, okay? But before we read, let's go over some of the vocabulary words that you need to know. Um, so, this is where it's a vatira. Vatira is behavior or treatment. Chupchap means quiet. Chup karo ya chupchap ho jao. Uh, gusal, angry. Uh, atam vishwash. Atam means self. Vishwas means confidence. Self confidence. Lachar means helpless. ਕਤਰਾਂ ਦੇ ਮੀਨ ਹੈਜ਼ਿਟੇਟ ਦ ਇੰਟਰਵਰਟਡ ਪੀਪਲ ਜਿਹੜੇ ਹੁੰਦੇ ਨੇ ਸ਼ਰਮਾਂਦੇ ਵਾਲੇ ਪੀਪਲ ਉਹ ਬਾਹਰ ਜਾਣ ਤੋਂ ਕਤਰਾਂਦੇ ਨੇ ਕਿਸੇ ਨਾਲ ਗੱਲ ਕਰਨ ਤੋਂ ਕਤਰਾਂਦੇ ਨੇ ਆਤਮ ਹੱਤਿਆ ਇਸ ਸੁਸਾਈਡ ਟੂ ਕਿਲ ਸੈਲਫ ਅਨੁਸਾਰ ਇਸ ਅਕੋਰਡਿੰਗ ਟੂ ਸਫਲ ਮੀਨ ਸਕਸੈਸਫੁਲ ਔਰ ਸਕਸੈਸ ਐਂਡ ਕਾਨੂੰਨ ਇਸ ਲਾ so these are some of the words you will see in this lesson so lesson number 24 i hope you have your book with you theek hai cuz it's not easy to see words on this one one i'm reading but i'll try to show you paath 24 poet ik bullying da asar effects of bullying bullying da ki asar hunda hai bullying de vteere naal sikkh bachiyan te bahut bura asar penda hai jinna nal bullying hundi hai ਉਹ ਬੱਚੇ ਉਦਾਸ ਹੋ ਜਾਂਦੇ ਹਨ ਗੁੱਸੇਲ ਹੋ ਜਾਂਦੇ ਹਨ ਚੁੱਪਚਾਪ ਹੋ ਜਾਂਦੇ ਹਨ ਉਹ ਖਾਣਾ ਪੀਣਾ ਕੱਟ ਕਰ ਦਿੰਦੇ ਹਨ ਉਹਨਾਂ ਦੇ ਕੋਈ ਦੋਸਤ ਜਾਂ ਸਹੇਲੀਆਂ ਨਹੀਂ ਰਹਿੰਦੀਆਂ ਉਹ ਬਾਹਰ ਜਾਣਾ ਪਸੰਦ ਨਹੀਂ ਕਰਦੇ ਟੀਚਰ ਦੇ ਨਾਲ ਜਾਂ ਘਰ ਦੇ ਅੰਦਰ ਹੀ ਰਹਿਣਾ ਚਾਹੁੰਦੇ ਹਨ ਉਹਨਾਂ ਨੂੰ ਕਈ ਵਾਰੀ ਨੀਂਦ ਨਹੀਂ ਆਉਂਦੀ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਨੀਵਾ ਸਮਝਣ ਲੱਗਦੇ ਹਨ ਮੀਨਸ ਲੋ ਉਨ੍ਹਾਂ ਦਾ ਆਤਮ ਵਿਸ਼ਵਾਸ ਘਟ ਜਾਂਦਾ ਹੈ। ਉਹ ਸੋਚਦੇ ਹਨ ਉਹ ਸਮਾਰਟ ਨਹੀਂ ਹਨ। ਉਹ ਲਾਚਾਰ ਹੋ ਜਾਂਦੇ ਹਨ। ਉਹਨਾਂ ਨੂੰ ਡਿਪਰੈਸ਼ਨ ਵੀ ਹੋ ਸਕਦਾ ਹੈ। ਉਹਨਾਂ ਦੇ ਮਨ ਵਿੱਚ ਸਕੂਲ ਜਾਣ ਦਾ ਡਰ ਬਣ ਜਾਂਦਾ ਹੈ। ਉਹ ਸਕੂਲ ਜਾਣ ਤੋਂ ਡਰਦੇ ਅਤੇ ਕਤਰਾਉਂਦੇ ਹਨ। ਕਈ ਬੱਚੇ ਇੰਨੇ ਲਾਚਾਰ ਹੋ ਸਕਦੇ ਹਨ ਕਿ ਉਹ ਆਤਮ ਹੱਤਿਆ ਕਰ ਲੈਂਦੇ ਹਨ। ਕਿਉਂ ਕਿਸੇ ਬੱਚੇ ਨੂੰ ਇੰਨਾ ਦੁਖੀ ਹੋਣਾ ਪਵੇ ਕਿ ਉਹ ਇਹ ਸੋਚੇ ਕਿ ਜੀਣ ਦਾ ਕੋਈ ਫਾਇਦਾ ਹੀ ਨਹੀਂ ਇਹ ਬਹੁਤ ਗਲਤ ਗੱਲ ਹੈ ਬੁੱਲਿੰਗ ਕਿਸ ਨਾਲ ਹੁੰਦੀ ਹੈ ਅਮਰੀਕਾ ਵਿੱਚ 47% 47 ਆਊਟ ਆਫ 100 ਬੱਚੇ ਕਹਿੰਦੇ ਹਨ ਕਿ ਉਹਨਾਂ ਨਾਲ ਬੁੱਲਿੰਗ ਹੋਈ ਹੈ ਇਹਨਾਂ ਬੱਚਿਆਂ ਵਿੱਚ ਗੋਰੇ ਚੀਨੀ ਮੈਕਸੀਕਨ ਕੁੜੀਆਂ ਲੜਕੇ ਪੂਰੇ ਦਾਲੇ ਮੋٹے ਛੋਟੇ ਪਤਲੇ ਸੋਹਣੇ ਸਭ ਹਨ ਪਰ 70% ਸਿੱਖ ਬੱਚੇ ਕਹਿੰਦੇ ਹਨ ਕਿ ਉਹਨਾਂ ਨੂੰ ਬੁੱਲਿੰਗ ਦੀ ਮੁਸ਼ਕਲ ਆਈ ਹੈ ਸਿੱਖ ਬੱਚਿਆਂ ਨਾਲ ਬਹੁਤ ਜ਼ਿਆਦਾ ਬੁੱਲਿੰਗ ਹੋ ਰਹੀ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਹਨ ਪਰ ਵੱਡਾ ਕਾਰਨ ਹੈ ਕਿ ਲੋਕਾਂ ਦੇ ਮਨ ਵਿੱਚ ਵੱਖਰੀ ਦਿਖ ਵਾਲੇ ਦਿਖ ਮੀਨਸ ਅਪੀਰੈਂਸ ਲੋਕਾਂ ਬਾਰੇ ਕਾਲ ਗਲਤ ਹੁੰਦੇ ਹਨ ਉਹ ਠੇਕ ਗੱਲਾਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਬੁੱਲਿੰਗ ਕਰਦੇ ਹਨ ਸਿੱਖ ਬੱਚਿਆਂ ਦੀ ਬੁੱਲਿੰਗ ਬੰਦ ਹੋਣੀ ਚਾਹੀਦੀ ਹੈ ਕਾਨੂੰਨ ਦੇ ਅਨੁਸਾਰ ਹਰ ਬੱਚੇ ਨੂੰ ਸਕੂਲ ਵਿੱਚ ਖੁਸ਼ ਰਹਿਣ ਦਾ ਸੇਫ ਫੀਲ ਕਰਨ ਦਾ ਅਤੇ ਪੜ੍ਹਾਈ ਵਿੱਚ ਸਫਲ ਹੋਣ ਦਾ ਹੱਕ ਹੈ ਸਿੱਖ ਬੱਚਿਆਂ ਨੂੰ ਵੀ ਸਕੂਲ ਵਿੱਚ ਖੁਸ਼ ਰਹਿਣ ਦਾ ਉਨਾ ਹੀ ਹੱਕ ਹੈ ਜਿੰਨਾ ਕਿਸੇ ਹੋਰ ਬੱਚੇ ਨੂੰ So you have as many rights as any other child in the school, no matter who they are. Okay? So you don't have to feel shy. You don't have to feel bad um, if somebody is teasing you. You have to take action. And in the next lesson, we will learn about what are some of the actions we can take. Okay. So if you are being bullied, tell somebody, but do not get depressed. Do not get sad. Do not get hope unless uh, we are going to take care of it. Okay. ਸੋ ਇਹ ਤੁਸੀਂ ਕੁਐਸਚਨਸ ਦੇ ਅਨਸਰ ਕਰਨਨੇ ਨੇ ਕਿ ਕੁਐਸਚਨ ਲਿਖਿਆ ਜਿਸ ਬੱਚੇ ਨਾਲ ਬੁੱਲਿੰਗ ਹੁੰਦੀ ਹੈ ਉਸ ਦਾ ਵਤੀਰਾ ਕਿਵੇਂ ਬਦਲ ਜਾਂਦਾ ਹੈ ਹਾਊ ਡਸ ਦਾ ਬਿਹੇਵੀਅਰ ਆਫ ਅ ਚਾਈਲਡ ਹੂ ਫੇਸਸ ਬੁੱਲਿੰਗ ਚੇਂਜ ਰਾਈਟ ਅਸੀਂ ਦੇਖਿਆ ਕਿ ਉਹ ਉਹ ਗੁੱਸੇ ਹੋ ਜਾਂਦੇ ਆ ਉਹ ਉਦਾਸ ਹੋ ਜਾਂਦੇ ਆ ਉਹ ਬਾਹਰ ਜਾਣਾ ਪਸੰਦ ਨਹੀਂ ਕਰਦੇ ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ ਉਹਨਾਂ ਦੇ ਫਰੈਂਡਸ ਨਹੀਂ ਰਹਿੰਦੇ ਰਾਈਟ ਸੋ ਉਹ ਸਾਰੀਆਂ ਗੱਲਾਂ ਤੋਂ ਸੇ ਚਾਰ ਪੰਜ ਗੱਲਾਂ ਇੱਥੇ ਦੇਖੋਗੇ ਬੁੱਲਿੰਗ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਵਾਟ ਇਜ਼ ਦਾ ਬਿਗੇਸਟ ਰੀਜ਼ਨ ਬੁੱਲਿੰਗ ਹੈਪਨਸ ਨਾਟ ਵਾਟ ਯੂ ਲੁੱਕ ਲਾਈਕ ਇਟਸ ਇਸ ਵਾਈ ਬਿਕਾਜ਼ ਦਾ ਪੀਪਲ ਡੋਨਟ ਅੰਡਰਸਟੈਂਡ ਅਸ ਰਾਈਟ ਕਿਉਂਕਿ ਲੋਕਾਂ ਨੂੰ ਦੂਸਰਿਆਂ ਬਾਰੇ ਪਤਾ ਨਹੀਂ ਹੁੰਦਾ ਤੁਸੀਂ ਪਿੱਛੋਂ ਅੰਸ ਕੁਐਸਚਨ ਦੇ ਵਿੱਚੋਂ ਲੈ ਕੇ ਆਨਸਰ ਕਿ ਤੁਸੀਂ ਇੱਥੇ ਲਿਖੋਗੇ ਕੰਪਲੀਟ ਸੈਂਟੈਂਸ ਠੀਕ ਹੈ ਐ ਮਲਟੀਪਲ ਚੋਇਸ ਕੁਐਸਚਨਸ ਨੇ ਦੋ ਸਕੂਲ ਵਿੱਚ ਹਰ ਬੱਚੇ ਨੂੰ ਕੀ ਕੀ ਹੱਕ ਹਨ ਵਾਟ ਆਰ ਦਾ ਰਾਈਟਸ ਆਫ ਈਚ ਚਾਈਲਡ ਇਨ ਸਕੂਲ ਐਂਡ ਯੂ ਸ਼ੁੱਡ ਨੋ ਦੋਸ ਐਂਡ ਯੂ ਸ਼ੁੱਡ ਯੂਜ਼ ਦੋਸ ਸਕੂਲ ਵਿੱਚ ਕਿਹੜੇ ਬੱਚਿਆਂ ਦੀ ਬੁਲਿੰਗ ਹੁੰਦੀ ਹੈ ਵਿਚ ਚਿਲड्रन ਆਰ ਬੁਲਿਡ ਵੀ ਹਰਡ ਦੈਟ ਆਲਮੋਸਟ ਏਵਰੀ ਕਮਿਊਨਿਟੀ ਰਾਈਟ ਇਹ ਹੈਗਾ ਸੈਂਟੈਂਸ ਪਾਰਟਸ ਹਿਸ ਪਾਰਟ ਆਫ ਦਾ ਸੈਂਟੈਂਸ ਇਸ ਅਦਰ ਪਾਰਟ ਤੁਸੀਂ ਇਹਨਾਂ ਨੂੰ ਕਨੈਕਟ ਕਰੋਗੇ ਤੇ ਫਿਰ ਤੁਸੀਂ ਪੜੋਗੇ ਲੋਕਾਂ ਦੇ ਮਨ ਵਿੱਚ ਵੱਖਰੀ ਦਿਖ ਵਾਰੇ ਲੋਕਾਂ ਬਾਰੇ ਬਹੁਤ ਬੁਰਾ ਸਰਪੰਦਾ ਹੈ نو ਅਤੇ ਪ੍ਰਾਈਵੇਟ ਸਫਲ ਹੋਣ ਦਾ ਹੱਕ ਹੈ نو ਖਿਆਲ ਗਲਤ ਹੁੰਦੇ ਹਨ ਦੈਟਸ ਰਾਈਟ ਰਾਈਟ ਲੋਕਾਂ ਦੇ ਮਨ ਵਿੱਚ ਵਕਰੀ ਦਿਖਵਾਰੇ ਲੋਕਾਂ ਬਾਰੇ ਖਿਆਲ ਗਲਤ ਹੁੰਦੇ ਹਨ ਸੋ ਤੁਸੀਂ ਨੰਬਰ 1 ਨੂੰ ਸੀ ਨਾਲ ਕਨੈਕਟ ਕਰੋਗੇ ਤੇ ਫਿਰ ਤੁਸੀਂ ਪੂਰਾ ਸੈਂਟੈਂਸ ਪੜੋਗੇ ਇਹਦੇ ਨਾਲ ਤੁਹਾਡੀ ਕੰਪਰੀਹੈਂਸ਼ਨ ਵਧ ਜਾਈਗੀ ਤੁਹਾਡੀ ਅੰਡਰਸਟੈਂਡਿੰਗ ਵਧ ਜਾਈਗੀ and you will become uh, a good um, punjabi reader so hopefully this was a um, good lesson and we learned a new few new words and i hope you will continue reading it again and again five seven times you should be able to read this one 50 words per minute um, oh ਓਨਲੀ 300 ਸਬਾਈ ਵਰਡ ਸੋ ਤੁਹਾਨੂੰ ਇਹਨੂੰ 6 ਮਿੰਟ ਤੋਂ ਜ਼ਿਆਦਾ ਨਹੀਂ ਲੱਗਣੇ ਚਾਹੀਦੇ ਪੜਨ ਵਾਸਤੇ ਸੋ ਦੇਖੋ ਤੁਸੀਂ ਟਾਈਮਰ ਲਗਾ ਕੇ ਪੜ ਕੇ ਦੇਖੋ ਤੁਹਾਨੂੰ ਕਿੰਨੀ ਦੇਰ ਲੱਗਦੀ ਹੈ ਐਂਡ ਦੈਨ ਕੀਪ ਔਨ ਪ੍ਰੈਕਟਿਸਿੰਗ ਅੰਟਿਲ ਯੂ ਕੈਨ ਰੀਡ ਇਟ ਇਨ ਲੈਸ ਥੈਨ 6 ਮਿੰਟਸ ਠੀਕ ਹੈ ਸੋ ਥੈਂਕ ਯੂ ਸੋ ਮੱਚ ਫॉर ਵਰਕਿੰਗ ਵਿਦ ਮੀ ਕੀਪ ਔਨ ਵਰਕਿੰਗ 5 7 ਮਿੰਟਸ ਏਵਰੀ ਸਿੰਗਲ ਡੇ ਔਨ ਪੰਜਾਬੀ ਲਿਟਲ ਬਿਟ ਰੀਡਿੰਗ ਲਿਟਲ ਬਿਟ ਰਾਈਟਿੰਗ ਲਿਟਲ ਬਿਟ ਸਪੀਕਿੰਗ ਐਂਡ ਪ੍ਰੀਟੀ ਸੂਨ ਯੂ ਵਿਲ ਬੀ ਆਸਮ ਪੰਜਾਬੀ ਸਪੀਕਰ ਐਂਡ ਰਾਈਟਰ ਐਂਡ ਰਾਈਟਰ ਥੈਂਕ ਯੂ ਸੋ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ